ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਯੂਟਿਊਬ ਚੈਨਲ 'ਤੇ ਸਵਾਗਤ ਕਰਦੇ ਹਾਂ। ਉਮੀਦ ਕਰਦੇ ਸਾਰਿਆਂ ਨੂੰ ਬਹੁਤ ਘੈਂਟ ਹੋ ਗਏ ਅਤੇ ਗਰਮੀ ਦੇ ਬਹੁਤ ਹੀ ਜ਼ਿਆਦਾ ਭੈਣ ਦੀ। ਅਤੇ ਇੱਥੇ ਇੱਕ ਗੱਲ ਹੈਗੀ, ਪਤਾ ਲੱਸੀ ਪੀਂਦੇ ਰਹਿੰਦੇ, ਬਣਾਨਾ ਸ਼ੇਕ ਪੀਂਦੇ ਰਹਿੰਦੇ, ਪਰ ਚਾਹ ਤਾਂ ਪੀਂਦੇ ਨਹੀਂ। ਹੁਣ ਚਾਹ ਮੈਂ ਬਣਾਈ, ਮਾਂ ਸੀਗਾ ਕਿਉਂਕਿ ਉਹਨੂੰ ਅੱਜ 'ਤੇ ਸੁੱਤਾ ਸੀ ਥੱਲੇ। ਉੱਧਰ ਕੁੜੀਆਂ ਨਾ ਆਵਾਜ਼ ਬੜੀ ਕਰਦੀਆਂ। ਅਤੇ ਚਾਹ ਮੇਰੀ ਰਿੱਝ ਰਿੱਝ ਕਮਲੀ ਹੁੰਦੀ। ਇੱਧਰ ਗੁਰਨਵਾਜ ਸੌਂ ਗਏ ਅਤੇ ਪਹਿਲਾਂ ਉੱਠ ਗਏ। ਗੁਰਨਵਾਜ ਗੁੱਡ ਮੋਰਨਿੰਗ ਕਰ ਦਿਓ। ਗੁੱਡ ਮੋਰਨਿੰਗ ਸੋਨੇ, ਗੁੱਡ ਮੋਰਨਿੰਗ। ਜਾਣਾ ਘਰੇ ਪਾਪਾ ਕੋ? ਜਾਣਾ ਨਹੀਂ ਜਾਣਾ? ਜਾਣਾ ਕਿ ਨਹੀਂ ਜਾਣਾ? ਹੈਂ ਰੂਪ ਚੱਲਿਆ ਪੁੱਤ ਨਾਨਕੇ? ਤੂੰ ਤਾਂ ਕਿਹਾ ਪੂਜ ਨਾ ਰਹਿਣਾ। ਹੈਂ ਤੇ ਉਹ ਫਿਰ ਵੀਰਾ ਕਿੱਦਾਂ ਰਹੂ ਤੇਰੇ ਬਿਨਾ? ਗਰਮੀ ਬੜੀ ਨਾ ਪੁੱਤ, ਤੂੰ ਨਾ ਜਾ ਨਾਨਕੇ ਜਾ ਕੇ ਕਰਨਾ ਤੂੰ। ਹੈਂ ਸੜਕ ਥੋੜੀ ਏਸੀ ਲਾਇਆ? ਠੀਕ ਆ, ਅੱਜ ਪਿੱਕ ਜਾਣਾ ਤਾਂ ਕਦੇ ਸਵੇਰ ਦੀ ਵੇਲਾ ਮੰਮੀ ਟਾਈਮ ਨਾਲ ਉੱਠ ਕੇ ਨਹਾ ਨੂ ਲਿਆ, ਬੈਗ ਬੂਗ ਪੈਕ ਕਰ ਲਿਆ ਨਾ, ਕਿਤੇ ਪੌਂ ਤੇ ਅੱਡੀ ਲੱਗਣ ਦੀ ਮਾਮੀ ਜਾਣਾ ਗੁਰਨਵਾਜ ਚਾਹ ਬਣਾ ਹੁੰਦਾ ਨਾ, ਗੁਰਨਵਾਜ ਮੇਰੀ ਗੋਦੀ ਚੋਂ ਨਿਕਲ ਲਿਆ, ਮਾਮੀ ਜਾਵੇ ਨਾ ਆਨਾ ਵੀ ਜਾਵੇ। ਉਹ ਰੋਂਦਾ ਵੇ, ਨਹੀਂ ਪੁੱਤ ਨਹੀਂ ਜਾਂਦੀ, ਨਹੀਂ ਜਾਂਦੀ ਦੁੱਧ ਪੀ। ਤੋ ਅਮਰੂਬ ਵਾਲ ਧਿਆਨ ਦੇ, ਅਮਰੂਬ ਭਾਵੇਂ ਲੱਭੇ ਹੁਣ। ਨਹੀਂ ਮਰੂਬ ਤੂੰ ਧੋਖਾ ਕੀਤਾ ਹਨਾ, ਤੂੰ ਤੇ ਆਂਦੀ ਹੈ ਮੈਂ ਜਾਣਾ ਹੀ ਨਹੀਂ ਜੋ ਮਰਜ਼ੀ ਹੋ ਜੇ। ਹੈਂ ਮਰੂਬ ਤੂੰ ਤੇ ਆਂਦੀ ਮੈਂ ਜਾਣਾ ਹੀ ਨਹੀਂ। ਅੱਛਾ ਤੇ ਪੁੱਤ ਹੋ ਹੀ ਜਾਂਦਾ ਨਾਨਕੇ, ਇੱਕ ਛੇ ਸਾਲ ਪਿੱਛੇ ਜਾਣਾ ਹੁੰਦਾ ਹਨਾ, ਛੁੱਟੀਆਂ ਵੀ ਗਲਤੀ ਪਾਉਂਦੇ ਇਹ। ਹੁਣ ਪਾਤੀਆਂ ਉਹਨਾਂ ਨੇ ਗਰਮੀ ਦੀਆਂ, ਮੁੜ ਕੇ ਪਾਉਂਦੇ ਸਾਈ ਜਾਈ ਠੰਡ ਦੀਆਂ, ਤੇ ਨਾ ਗਰਮੀ 'ਚ ਕਿਸੇ ਪਰ ਜਾਇਆ ਜਾਂਦਾ ਨਾ ਉਹਨਾਂ ਛੁੱਟੀਆਂ ਪਾਉਂਦੇ ਵੀ ਨਿਆਣੇ ਜਿਹੜੇ ਆ ਵੀ ਘਰੇ ਬੈਠੇ ਰਹਿਣ, ਤੇ ਨਿਆਣੇ ਘਰ ਬਹਿੰਦੇ ਕਿਤੇ ਗਰਮੀ 'ਚ, ਸਗੋਂ ਉੱਧਰ ਜਾਂਦੇ ਕਦੀ ਵਾਂਢੇ ਚੱਲ ਗਏ ਤੇ ਕਦੀ ਉੱਥੇ ਭੁੜਕ ਲਿਆ। ਅਸੀਂ ਹੁਣ ਚੱਲੇ ਹਾਂ, ਅਸੀਂ ਵੀ ਜਾਣਾ ਨਾਲ ਤੇ ਗਰਮੀ ਕਰਕੇ ਗਏ ਨਹੀਂ। ਮੈਂ ਕਿਹਾ ਗੁਰਨਵਾਲ ਦਾ ਫਿਰ ਜੰਮਦੇ ਹੋ ਜਾਣਾ, ਬਿਮਾਰ ਭਾਨਾ ਹੈ ਭੱਜ ਭੱਜ। ਅਸੀਂ ਅੱਜ ਕੈਂਸਲ ਕਰਤਾ ਗਰਮੀਆਂ, ਮੰਮੀ ਇਹਨਾਂ ਨੂੰ ਮੈਂ ਕਿਹਾ ਸੀ ਸਾਰਿਆਂ ਨੇ ਆਉਣਾ, ਕਹਿ ਦੇਵੋ ਅਸੀਂ ਵੀ ਤੇ, ਪਰ ਬਾਅਦ ਮੈਂ ਸੋਚਿਆ ਕਿ ਨਹੀਂ ਯਾਰ ਗਰਮੀ ਬੜੀ, ਗਰਮੀ ਕਰਕੇ ਕੀਤਾ ਮੈਂ, ਉਦਾਂ ਤਾਂ ਕੋਈ ਗੱਲ ਨਹੀਂ, ਜਿੱਦਾਂ ਠੰਡਾ ਹੋਇਆ ਤਾਂ ਜਾਵਾਂਗੇ ਅਸੀਂ ਹੋ ਕੇ ਆਵਾਂ, ਵੇਖ ਲਾਂਗੇ ਨਾ ਮੌਸਮ ਦਾ ਹਿਸਾਬ ਲਾ ਕੇ। ਤੂੰ ਜਾ ਸਹੀ, ਪਹਿਲਾਂ ਤੇਰੀ ਸੇਵਾ ਬਣੀ ਵੇਂਦੇ ਤੇ ਫਿਰ ਅਸੀਂ ਆਉਂਦੇ ਨਾ, ਮੰਮੀ ਮੰਮੀ ਦੀ ਭੈਣ, ਮੰਮੀ ਵੀ ਤੇਰੀ ਕੀ ਕਰਨਾ ਹੈਨਾ। ਮੰਮੀ ਦੀ ਭੈਣ ਤੇ ਭਲੀ ਮਾਨਸ ਆ ਜਿਹਦੀ ਸ਼ਰਨ ਦੀ ਮੰਮੀ, ਇਹ ਚਲਾ ਜਾਣਾ ਮੰਮੀ ਸਾਡੀ ਚੰਗੀ ਇਹ ਤੇ ਨੀ ਚਲਾਕ ਚਲੂਕ ਗਿਆ, ਓਦਾਂ ਗਿਆ ਚੁਸਤੇ ਆ ਚੁਸਤੇ ਕੋਲ ਮਰੂਪ ਹੋਣੀ ਚੱਲੀਆਂ ਤੇ ਰੋਣ ਲੱਗ ਪਿਆ ਕਿ ਮੈਂ ਵੀ ਨਾਲ ਜਾ, ਤੈਨੂੰ ਖੜਦੇ ਪੁੱਤ ਤੈਨੂੰ ਖੜਦੇ, ਆਪਾਂ ਸ਼ਾਮਾਂ ਚੱਲਦੇ ਨਾਨੀ ਦੇ ਨਾਲ, ਠੀਕ ਹੈ? ਆਪਾਂ ਲਾਗੇ ਸਾਰੇ ਨਾਨੀਆਂ ਘੁੰਮ ਕੇ ਆਉਂਦੇ, ਜਾ ਚੱਲ ਜਾ ਮਾਮੀ ਕੋਲ। ਤੇ ਮਾਮੀ ਛੱਡ ਕੇ ਚੱਲੀ ਆ? ਨਹੀਂ ਮੈਂ ਤੁਹਾਨੂੰ ਆਖਿਆ ਵੀ ਸਾਡੀਆਂ ਛੁੱਟੀਆਂ ਦਾ ਕੰਮ ਨਾ ਕਰੀਂ, ਜਦੋਂ ਮਰਜ਼ੀ ਆ ਸਕਦੇ ਹੈ। ਚੱਲ 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 ਆ ਮਾਮੂ ਵੇ ਕੀ ਕਰਦਾ, ਬੁੜੀਆਂ ਫੈਸ਼ਨ ਕਰਦਾ ਜੀ। ਹੁਣ
ਬਾਏ ਕਰ ਦੋ, ਬਾਏ 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 ਗੁਰਨਵਾਜ, ਗੁਰਨਵਾਜ ਵੇਂਦਾ ਏ ਗੁਰਨਵਾਜ ਬਾਏ, ਮੇਰਾ ਨਾਲ ਸੂਟ ਸਵਾਏ ਇਹ ਸੂਟਾਂ ਜਾਣ ਬੜੇ ਸੌਖੇ, ਮੈਂ ਵੀ ਇਹੋ ਪਾ ਲਦੇ ਕੱਢ ਕੇ ਖੁੱਲਾ ਜਾ ਆਏ ਕਿ ਪਹਿਲਾਂ ਲੱਦਾ ਪਾਇਆ ਕਿ ਚੰਗਾ ਫਿਰ ਬਾਏ ਬੱਚੋ ਚਲੋ ਬਾਏ ਕਰ ਦੋ ਗੁਰਨਵਾਜ, ਸਾਰੀ ਸਮਝ ਲੱਗਣ ਲੱਗ ਗੱਡੀ ਬਾਹਰ ਕੱਢਣ ਦੇ ਲਈ ਆਪਾਂ ਨਹੀਂ ਜਾਣਾ ਪੁੱਤ, ਆਪਾਂ ਨਹੀਂ ਜਾਣਾ ਸਾਰੇ, ਪਾਪਾ ਨੂੰ ਫੋਨ ਕਰਦੇ ਪਾਪਾ ਸਾਨੂੰ ਲੈ ਜਾਓ ਆਣ ਕੇ ਨਾ ਕੋਈ ਨੀ ਸਵੇਰੇ ਆਪਾਂ ਚੱਲਾਂਗੇ, ਸਵੇਰੇ ਚੱਲੀਏ ਆਪਾਂ ਹੈ ਮੁੱਤਿਆ, ਹੁਣ ਸਾਰੀ ਸਮਝ ਲੱਗ ਗਈ ਕਿ ਗੱਡੀ ਉਹ ਮੁੜ ਗਈ ਹੈ ਤੇ ਮੈਨੂੰ ਗੱਡੀ 'ਚ ਬਿਠਾਉਣ ਨੂੰ ਫਿਰ ਕਹਿਣ ਦੇ, ਪਾਪਾ ਨੂੰ ਫੋਨ ਕਰਦੇ ਆਪਾਂ, ਭਾਬੀ ਹੁਣੀ ਚੱਲ ਗਏ ਆਪਣੇ ਪੇਕੇ ਅਤੇ ਮੈਂ ਕੁਝ ਗੁਰੀਰ ਨੂੰ ਕਿਹਾ ਕਿ ਲੈ ਕੇ ਸਮੋਸੇ ਖਾਈਏ, ਬੜੇ ਚਿਰ ਪਿੱਛੇ ਭੈਣ ਭਰਾ ਖਾਣ ਲੱਗੇ ਸਮੋਸਿਆਂ ਰੋਟੀਆਂ, ਠੰਡੀਆਂ ਰੋਟੀਆਂ ਖਾਣ ਦਾ ਬੜਾ ਮਜ਼ਾ ਆਉਂਦਾ, ਮੰਮੀ ਨੇ ਗਰਮ ਲਾ ਕੇ ਦਿੰਦੀ, ਮੈਂ ਨਹੀਂ ਪਰ ਮਜ਼ਾ ਠੰਡੀ ਰੋਟੀ ਦਾ ਹੀ ਆਉਂਦਾ ਗਰਮ ਸਮੋਸਿਆਂ ਦਾ, ਮੈਂ ਗੁਰਨਵਾਜ ਦੇ ਪੈਰ 'ਚ ਕੱਪੜੇ ਪਾਏ, ਗੁਰਨਵਾਜ ਨੇ ਸਾਰੇ ਖਿਲਾ ਦਿੱਤੇ, ਮੈਂ ਗੁਰਨਵਾਜ ਦੇ ਕੱਪੜੇ ਪਾਉਂਦੀ ਹਾਂ ਫਿਰ ਖਿਲਾ ਦਿੰਦਾ, ਅਤੇ ਗੁਰਨਵਾਜ ਦੇ ਪਾਪਾ ਇਸ ਬਹਾਨੇ ਲੱਭਣ ਦੇ ਕਿ ਛੇਤੀ ਮੈਂ ਆਉਣ ਲੱਗਾ ਲੈਣ ਵਾਸਤੇ, ਮੈਨੂੰ ਛੁੱਟੀਆਂ ਪੈ ਗਈਆਂ, ਹੁਣ ਆਪਾਂ ਤਿਆਰੀ ਕਰਸਾਂ, ਨਹੀਂ ਤਾਂ ਮੰਮੀ ਵਿਚਾਰੇ ਆਖਦੇ ਫਿਰ ਰਹਿ ਪੋ ਦੋ ਦਿਨ, ਫਿਰ ਆਪਾਂ ਨਾ ਆਉਂਦੇ ਕਿਸੇ ਦਿਨ ਆ ਜਾਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈਗਾ, ਫੈਮਿਲੀ ਤੁਸੀਂ ਮੇਰੇ ਮਗਰ ਬੈਠੀ ਵੇਖ ਸਕਦੇ ਹੋਗੇ, ਇਹ ਸਾਰੇ ਦੀਕਣ ਦੇ ਗੁਰਨਵਾਜ ਨੇ ਕਿੱਦਾਂ ਆਉਣਾ ਕਿੱਦਾਂ ਆਉਣਾ, ਅਤੇ ਅੱਜ ਮੈਂ ਚੱਲਿਆ ਲੈਣ ਅਤੇ ਜੇ ਮੈਂ ਅੱਜ ਹੀ ਆ ਗਿਆ ਤਾਂ ਕੱਲ੍ਹ ਆਊਂਗਾ ਵਾਪਸ, ਹੈਂ ਅੱਜ ਆਵਾਂ ਕੱਲ੍ਹ ਆਵਾਂ, ਅੱਜ ਮੰਮੀ ਨੇ ਬਣਾਈਆਂ ਸੇਵੀਆਂ ਦੇ, ਮੰਮੀ ਵੀ ਫੋਨ ਕਰਨ ਦੇ ਖਾ ਜਿਓ ਖਾ ਜਿਓ ਖਾ ਜਿਓ, ਆਹ ਜਿਹੜਾ ਗੁਰਮਣ ਹੈ ਮੇਰੇ ਪੁੱਛੜੋ ਨਹੀਂ ਉੱਤਰ ਡੈਣ ਨੂੰ, ਇਹ ਵੀ ਅੱਜ ਚਾਚੂ ਨੂੰ ਪਿਆਰ ਦੇਈਏ, ਵਾਵਾ ਪੱਗ ਪੁੱਗ ਵਧੀ ਚੱਲਿਆ ਕਿਤੇ ਜਾ ਕੇ, ਅਤੇ ਇਹਨਾਂ ਦਾ ਆਉਂਦਾ ਇਹ ਅੱਜ ਖੇਡਾਂਗੇ ਕੀ ਇਹਨਾਂ ਦਾ ਬੈਡਮਿੰਟਨ, ਅਤੇ ਮੈਂ ਕਿਹਾ ਵੀ ਚੱਲ ਆ ਜੀ, ਉਹ ਚੱਲ ਆ ਗਿਆ ਅਤੇ ਮੈਂ ਚੱਲ ਗੁਰਨਵਾਜ ਨੂੰ ਲੈ ਹੀ ਆਈਏ, ਉਹ ਵੀ ਵਿਹਲਾ ਬੈਠਾ ਜੀ ਲੱਗਣ ਡਿਆ, ਹਾਂ ਹੁਣ ਇਹਨੇ ਖੇਡਣੇ ਆ, ਤੂੰ ਵੀ 100 ਰੁਪਇਆ ਤਿਆਰ ਕਰ ਵੀਰ, ਮੈਂ ਤਾਂ ਬਥੇਰਾ ਲਾਲਚ ਦਿੱਤਾ ਸਾਨੂੰ, ਮੈਂ ਪੈਂਪਰ ਲੈ ਦੂੰਗਾ ਤੈਨੂੰ 50 ਦੇ ਹਾਂਜੀ ਗਾਇਜ਼, ਤੇ ਹੁਣ ਅਸੀਂ ਚੱਲਿਆ ਲੁਹਾਰਕੇ ਪਿੰਡ ਸਹੁਰਿਆਂ ਦੇ, ਤੇ ਉੱਥੇ ਗੁਰਨਵਾਜ ਦਾ ਬਿਨਾਂ ਇੱਥੇ ਜੀਣ ਲੱਗਣ ਡਿਆ, ਘਰ ਖਾਲੀ ਖਾਲੀ ਲੱਗਣ ਡਿਆ ਸੀ, ਤੇ 4 ਦਿਨ ਹੋ ਗਿਆ ਜੀ ਉਹਨਾਂ ਨੂੰ ਗਿਆ ਨੂੰ, ਤੇ ਕੱਲ 5ਵਾਂ ਦਿਨ ਆ, ਤੇ ਭਾਬੀ ਉਹਦੇ ਚੱਲ ਗਏ, ਹੁਣ ਮੈਂ ਆ ਜਾਣਾ ਤੇ ਆਪਾਂ ਨੂੰ ਲੈਣ ਜਾਣਾ, ਤੇ ਅਨੰਦ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਅਨੰਦ ਮੈਨੂੰ ਕੱਲ੍ਹ ਜਲੰਧਰ ਮਿਲਣ ਗਿਆ ਸੀ ਚੇਚਾ, ਕਹਿੰਦਾ ਚਾਚੂ ਨੂੰ ਮਿਲ ਕੇ ਜਾਣਾ, ਵੈਸੇ ਇਹਨੇ ਮੈਨੂੰ ਕਿਹਾ ਚੱਲੀਏ ਘਰ ਨੂੰ, ਫਿਰ ਮੈਂ ਆਪ ਹੀ ਨਹੀਂ ਆਇਆ, ਮੈਂ ਚੱਲ ਫਿਰ ਇੱਕ ਦਿਨ ਹੋਰ ਬਹੁਤ ਲਾਈ ਜਾਈਏ ਆਏ ਮੈਂ ਆਈ ਹਾਂ, ਹੈਂ ਤੇ ਹੁਣ ਅਸੀਂ ਚੱਲੇ ਫਿਰ ਚੱਲੀਏ ਫਿਰ ਜਾਣਾ ਹੀ ਗੁਰਨਵਾਜ ਨੂੰ ਲੈਣ, ਚੱਲ ਆ ਫਿਰ, ਹੈਂ ਤੇਰੀ ਸਹੇਲੀ ਵੀ ਨਹੀਂ ਹੈਗੀ, ਉਹ ਵੀ ਗਾਂਹ ਨਾਨਕੇ ਚੱਲ ਗਈ ਆਪਣੇ ਮਨਰੂਪ, ਸੁੱਤਾ ਨਹੀਂ ਜਾਗਣ ਡਿਆ ਨਾ ਪੁੱਤ, ਖੇਡਦਾ ਰਹਿੰਦਾ ਅਤੇ ਉੱਥੇ ਲਿਆ ਪਾਣੀ 'ਚ ਖੇਡਣ ਨਾਨਕੇ, ਬੜਾ ਪਾਣੀ 'ਚ ਖੇਡਦਾ ਟੱਬ ਟੁੱਬ 'ਚ, ਹਾਂਜੀ ਤੇ ਹੁਣ ਅਸੀਂ ਚੱਲੇ ਹਾਂ, ਅਤੇ ਫਿਰ ਤੋਂ ਰੌਣਕਾਂ ਲਾਉਂਦੇ ਹਾਂ ਘਰ, ਅਤੇ ਫਿਰ ਦਾਦੇ ਦਾ ਵੀ ਨਹੀਂ ਜੀ ਲੱਗਣ ਡਿਆ, ਦਾਦੀ ਦਾ ਵੀ ਨਹੀਂ ਲੱਗਣ ਡਿਆ, ਡੈਡੀ ਮਿਲਾਇਆ, ਡੈਡੀ ਉੱਦਾਂ ਕਹਿਣ ਡੇ ਛੇਤੀ ਲਾਇਓ ਛੇਤੀ ਲਾਇਓ, ਅਤੇ ਸ਼ੇਰ ਪੁੱਤ ਆ ਗਿਆ ਡੈਡੀ ਦਾ, ਅਤੇ ਹੁਣ ਇਹਦੇ ਨਾਲ ਲੱਗੂਗਾ ਜੀ ਥੋੜ੍ਹੇ ਦਿਨ, ਹੈ ਨਾ, ਅਤੇ ਦਾਦੀ ਨੂੰ ਖੜਿਆ ਨਹੀਂ ਤੂੰ, ਕਹਿੰਦਾ ਮੈਂ ਦਾਦੀ ਨੂੰ 4-5 ਦਿਨ ਲਾਏ ਨਾ ਨਾਲ ਹੀ, ਮਾਰ ਦੱਬਕਾ ਫਿਰ ਅੱਜ, ਥੈਂਕ ਯੂ ਲੀਚੀ ਦਾ ਜੂਸ।
ਹੁਣ ਮੰਮੀ ਨੂੰ ਤੇ ਅਨੰਦ ਨੂੰ ਆਪਾਂ ਕਰਤਾ ਪਿੰਡ ਡਰੋਪ ਤੇ ਹੁਣ ਅਸੀਂ ਚੱਲੇ ਆ ਲੁਹਾਰ ਕੇ ਤੇ ਉਹਨਾਂ ਨੇ ਸੱਦੀ ਨਾ ਬੁਲਾਈ ਤੇ ਮੈਂ ਲਾੜੀ ਦੀ ਤਾਈ ਉਹ ਹਾਲ ਮੇਰਾ ਆਏ ਉਹਨਾਂ ਮੈਨੂੰ ਕਹਿਣਾ ਪਤਾ ਨੀ ਕਿੱਥੋਂ ਆ ਗਏ ਮੰਮੀ ਆਖਣ ਡੀ ਲੁਹਾਰ ਕੇ ਆਏ ਵੀ ਰਹਿਣ ਦੇ ਦੋ ਤਿੰਨ ਦਿਨ ਤੇ ਮੈਂ ਰਹਿ ਵੀ ਚੱਲ ਕੋਈ ਗੱਲ ਨੀ ਆ ਤੇ ਫਿਰ ਦੁਸ਼ਹਿਰਨ ਆਉਂਦਾ ਭਾਜੀ ਆਏ ਆਉਣਾ ਨੀ ਮੈਂ ਸੈਂਡਵਿਚ ਬਣਾਉਣ ਲੱਗਾ ਮੈਂ ਉਹ ਬਹਾਨੇ ਜਿਹੇ ਨਾ ਸੈਂਡਵਿਚਾਂ ਦੇ ਮੈਂ ਚੱਲ ਆ ਗਏ ਮੈਂ ਤੇ ਹੁਣ ਫੋਨ ਕਰਦੇ ਕਹਿੰਦੇ ਆ ਜਾ ਚੱਲ ਕੋਈ ਗੱਲ ਨੀ ਮੈਂ ਵੇਖਦੇ ਰਾਤ ਰੁਕ ਜਾਵਾਂਗੇ ਉੱਥੇ ਹੀ ਸਵੇਰੇ ਆ ਜਾਵਾਂਗੇ ਇਹਨਾਂ ਜਿਹੜੀਆਂ ਗੱਲਾਂ ਪਤਾ ਕਰਨੀਆਂ ਹੋਣੀਆਂ ਆਪਣੇ ਕਰ ਲੈਣਗੇ ਮੈਂ ਤਾਂ ਗੁਰਨੇ ਵਾਲੇ ਖੇਡਾਂ ਮਿਲਾਂਗੇ ਅਤੇ ਟਾਈਮ ਸ਼ਾਮਾਂ ਦਾ ਹੋਈ ਗਿਆ 7 ਵੱਜ ਗਏ ਆ ਅਤੇ ਰਾਤ ਕੱਟ ਕੇ ਅਤੇ ਸਵੇਰੇ ਆਪਾਂ ਆ ਜਾਵਾਂਗੇ ਸਵੇਰੇ ਸਾਨੂੰ ਛੁੱਟੀ ਆ ਅਤੇ ਸਵੇਰੇ ਕਰਾਂਗੇ ਘਰੇ ਹੀ ਇੰਜੋਏ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਅਤੇ ਆਪਾਂ ਤਿਆਰ ਹੋ ਗਏ ਹਾਂ ਕਿਉਂਕਿ ਜਤਿੰਦਰ ਅੱਗੇ ਆਉਣ ਗੁਰਸ਼ਰਨ ਨੇ ਪਾਉਣਾ ਵਾ ਤਾਂ ਭਾਜੀ ਮੈਂ ਸੈਂਡਵਿਚ ਬਣਾਉਣ ਲੱਗਾ ਜਦੋਂ ਮੈਂ ਆਉਂਦੇ ਚਲੋ ਮੈਂ ਸੈਂਡਵਿਚ ਖਾਣ ਆਏ ਨੇ ਆਉਣ ਤੇ ਲੈਣ ਆਉਣ ਲੱਗੇ ਆ ਆਉਂਦੇ ਕਿੰਨੇ ਦਿਨ ਤਾਂ ਹੋ ਗਏ ਤੈਨੂੂੰ ਗਈ ਨੂੰ ਅਤੇ ਪਰ ਸਾਨੂੰ ਤਾਂ 3-4 ਦਿਨ ਹੋਏ ਤਾਂ ਅਸੀਂ ਕੋਈ ਤਿਆਰੀ ਨਹੀਂ ਕੀਤੀ ਅਸੀਂ ਚੱਲੇ ਹਾਂ ਕਿਸੇ ਘਰ ਅਤੇ ਅੱਜ ਭਾਬੀ ਨੂੰ ਚੱਲ ਕੇ ਰੌਣਕ ਵੀ ਘੱਟ ਗਈ ਅਤੇ ਰੌਣਕ ਬਿਲਕੁਲ ਨਹੀਂ ਹੋਣਾ ਹੈਗੀ ਅਤੇ ਮੰਮੀ ਹੀ ਇਕੱਲੇ ਘਰੇ ਅਤੇ ਫਿਰ ਮੈਂ ਸੋਚਿਆ ਕਿ ਆਪਣੀ ਮੰਮੀ ਨਾਲ ਥੋੜ੍ਹਾ ਟਾਈਮ ਸਪੈਂਡ ਕਰ ਲਾਂਗੇ ਅਤੇ ਪਰ ਜਿੱਦਾਂ ਦੀਆਂ ਵੀ ਛੁੱਟੀਆਂ ਦੋ ਅਤੇ ਫਿਰ ਗੁਰਨਵਾਜ ਨੂੰ ਲੈ ਕੇ ਆਪਾਂ ਚੱਲੇ ਵਾਪਸ ਅਤੇ ਆਪਾਂ ਸੂਟ ਜਿਹੜਾ ਨਵਾਂ ਜਿਹੜਾ ਪਾ ਲਿਆ ਅਤੇ ਮੈਨੂੰ ਬੜਾ ਵਧੀਆ ਕੰਟਰਾਸਟ ਜਿਹੜਾ ਸੀ ਗਰਮੀ 'ਚ ਪਾਉਣ ਲਈ ਬਹੁਤ ਲੱਗਿਆ ਪਰ ਗਰਮੀ ਬਹੁਤ ਹੀ ਹੱਦੋਂ ਵੱਧ ਜਿਹਨੂੰ ਉਹ ਆ ਅਤੇ ਬਾਕੀ ਭਾਬੀ ਚੱਲ ਗਏ ਅਤੇ ਮੈਂ ਵੈਸੇ ਉਹਦੇ ਆਸਰੇ ਬਿੰਦੀ ਵੀ ਨਹੀਂ ਲੱਗੇ ਕਿੰਨਾ ਸਮਾਨ ਨਹੀਂ ਲੱਗੇ ਏਰੀਅਸ ਘਰੋਂ ਪਾਏ ਚਿੱਤਾ ਭੁੱਲ ਗਿਆ ਵੈਸੇ ਮੈਂ ਪੂਰਾ ਮਤਲਬ ਤਿਆਰ ਤਿਉਰ ਹੋ ਕੇ ਫਿਰ ਹੀ ਮਤਲਬ ਸੂਟ ਦੇ ਨਾਲ ਸਾਰਾ ਮੈਚਿੰਗ ਲੈ ਕੇ ਆਉਂਦੀ ਵਾਸ਼ ਦਾ ਚੇਤਾ ਭੁੱਲ ਗਿਆ ਬਾਕੀ ਆਪਾਂ ਉੱਦਾਂ ਰੈਡੀ ਹੋ ਗਏ ਸਾਰਾ ਅਤੇ ਬਹੁਤ ਸੋਹਣਾ ਕੋਟਨ ਦੇ ਸਟੱਫ 'ਤੇ ਆਪਾਂ ਸੂਟੇਬਲ ਵੀ ਰੈਡੀ ਕੀਤਾ ਹੈ ਅਤੇ ਬਹੁਤ ਸੋਹਣਾ ਕਿਉਂਕਿ ਮੈਂ ਹਮੇਸ਼ਾ ਹੀ ਮੰਮੀ ਹੋਣਾ ਪੈਸੇ ਲੈਂਦੀ ਕਿਉਂਕਿ ਮੈਨੂੰ ਸੂਟ ਜਿਹੜੇ ਕਿਸੇ ਦੇ ਪਸੰਦ ਨਹੀਂ ਹੁੰਦੇ ਆਪਾਂ ਪਸੰਦ ਉੱਧਰੋਂ ਵੀ ਪੈਸੇ ਲੈਂਦੀ ਇੱਧਰੋਂ ਪੈਸੇ ਲੈਂਦੀ ਮੈਂ ਸੂਟ ਆਪਣੇ ਪਸੰਦ ਨਹੀਂ ਬਣਾਉਂਦੀ ਹਾਂ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ ਪਰ ਬਟੀਕ ਸਟਾਈਲ 'ਚ ਪਾਉਣਾ ਮੈਨੂੰ ਪਸੰਦ ਆ ਹੁਣ ਅਸੀਂ ਨਾ ਰਾਵਾਂ ਡੀਕਣ ਦੇ ਅਜੇ ਤੱਕ ਨਹੀਂ ਆਏ ਪਰ ਮੈਂ ਹੀ ਝੂਠ ਬੋਲਤਾ ਕਿ ਕੇਕ ਆ ਚੱਲੇ ਅਤੇ ਉਹ ਸਾਡਾ ਆਉਂਦੇ ਨੇ ਮੈਂ ਜਾ ਕੇ ਕਰਨਾ ਉਦੋਂ ਹੀ ਜਾਂਦੇ ਹਾਂ ਗੁਸ਼ਰ ਨੇ ਲਾਲਚ ਦਿੱਤਾ ਹੈ ਜਾਣ ਕੇ ਬਦਤਮੀਜ਼ ਨੇ ਨਾਨੀ ਚੁੱਕਿਆ ਨੀਂਦ ਆਉਂਦੀ ਗੁਰਨਵਾਜ ਨਾਨੀ ਅੱਜ ਭਾਵੇਂ ਲੱਭੇ ਹੈ ਵੇ ਲਾਲ ਹੋ ਗਿਆ ਬਾਤ ਪਾਣੀ ਪਿਆ ਗੁਰਨਵਾਜ ਹੋ ਗਿਆ ਰੈਡੀ ਦੀ ਨਾਨੀ ਨੇ ਬੜਾ ਜ਼ੋਰ ਲਾਇਆ ਦੀ ਮਾਮੀ ਨੂੰ ਕਿ ਸੂਟ ਨਿੱਕਾ ਤੇ ਉਹ ਕਹੀ ਗਈ ਮੈਨੂੰ ਪਸੰਦ ਹੀ ਉਹ ਮੈਂ ਲੈਣਾ ਹੀ ਉਹ ਤੇ ਛੋਟਾ ਆਇਆ ਤੇ ਹੁਣ ਮੰਮੀ ਗੁੱਸੇ ਹੋਣਦੇ ਕਿ ਪੂਰਾ ਪੂਰਾ ਨਿਆਣੇ ਸੂਟ ਲੈ ਕੇ ਗਏ ਤੇ ਵਾਕਿਆ ਛੋਟਾ ਆਇਆ ਤੇ ਮਤਲਬ ਮੰਮੀ ਨੇ ਜ਼ੋਰ ਵੀ ਬੜਾ ਲਾਇਆ ਖੁੱਲਾ ਟੁੱਲਾ ਗਰਮੀ ਕੱਪੜੇ 'ਚ ਬੱਚੇ ਸਹੀ ਰਹਿੰਦੇ ਤੇ ਪਰ ਉੱਧਰ ਕੋਈ ਹੋਰ ਵੀ ਆ ਰਿਹਾ ਬੜੀ ਸੈਂਡਵਿਚ ਤਿਆਰ ਹੋ ਗਏ ਉੱਧਰ ਵੇਖਣ ਕੌਣ ਆਉਂਦਿਆ ਹੈ ਕੌਣ ਆਇਆ ਗੁਰਨਵਾਲ ਅੱਗੇ ਮੈਨੂੰ ਘਰ ਹੋ ਜਾਂਦਾ ਭੱਜ ਕੇ ਮਿਲ ਜਾਂਦਾ ਬੜਾ ਮਤਬਲੀ ਹੋ ਗਿਆ ਜਿੱਥੇ ਜਾਂਦਾ ਉੱਥੇ ਹੋ ਜਾਂਦਾ ਹੈ ਗੁਰਨਵਾਜ ਵੇ ਨੀ ਬੋਲ ਕੱਢੇ ਕਿੱਦਾਂ ਰਸਤੇ ਆਏ ਭਾਜੀ ਨਾਲ ਗਲੀ ਟੱਕਰ ਗਿਆ ਮੇਰੇ ਪਸੀਨਾ ਇੱਥੇ ਆਉਂਦੇ ਕਹਿੰਦਾ ਹੁੰਦਾ ਹੁੰਦਾ ਇਹ ਹੁੰਦੇ ਸਾਰਾ ਵਿਚਾਰਾ ਵੈਸੇ ਕੱਟ ਕੁੱਟ ਕੇ ਮਟੀਰੀਅਲ ਸਾਰਾ ਉਹ ਰੈਡੀ ਕਰਕੇ ਗਿਆ ਪਰ ਗਰਮੀ ਕੰਮ ਕਰਨਾ ਨਵੇਂ ਸੂਟ 'ਚ ਬੜਾ ਔਖਾ ਲੱਗਦਾ ਗੁਰਸ਼ਰਨ ਨੂੰ ਬੜੀ ਹੁਣ ਮਿਹਨਤ ਕਰ ਲਾ ਪਏ ਕਿੱਡਾ ਗਰਮੀ ਖਬਰ ਸਹੀ ਗੱਲ ਜੀ ਕਹਿੰਦਾ ਤੇਰਾ ਖਾਣ ਨੂੰ ਮੇਹ ਕਰਕੇ ਨਾ
ਆਪਣੇ ਕਰਕੇ ਹੋਣ ਗਿਆ ਫਿਰ ਪਾਏ ਕਰਕੇ ਫਿਰ ਉਹ ਭਾਈ ਆਉਣ ਲੱਗੇ ਮੈਂ ਤਾਂ ਲੇਟ ਬਣਾ ਚੰਗਾ ਫਿਰ ਖਾ ਪਾ ਫਿਰ ਕੱਲਾ ਹੀ ਤੇਰੀ ਨਹੀਂ ਵਜਾ ਕੇ ਮੈਂ ਤਾਂ ਕਿਹਾ ਹੈਲਪ ਕਰਾਉਂਦੀ ਕੋਈ ਨਾ ਕੋਈ ਤੇ ਪਰ ਲੱਗਾ ਰਿਹਾ ਫਿਰ ਵੇਖ ਲਾ ਮੈਂ ਗਰਮੀ ਬੜੀ ਏ ਸੀ ਵਾਲੇ ਅੰਦਰ ਹੀ ਟਕਾ ਸੀ ਬਾਹਰ ਦੇ ਬੁਰੇ ਹੀ ਹਾਲ ਸੀ ਮੈਂ ਤੇ ਗੁਰਸ਼ਰਨ ਆਉਂਦਾ ਭਾਜੀ ਸੈਂਡਵਿਚ ਖਾ ਜਾਓ ਮੈਂ ਤੇ ਉਹ ਖਾਣ ਆਇਆ ਮੈਂ ਕੀ ਕੀਤਾ ਉਹ ਵੇਖੀ ਗੁਰਨਵਾਜ ਬਹੁਤ ਮਤਲਬ ਨਹੀਂ ਨਿਕਲਿਆ ਉਦੋਂ ਸਾਡੇ ਨਾਲ ਘੁੰਮ ਆਉਂਦੇ ਹੁਣ ਪਾਪਾ ਆਏ ਪਾਪਾ ਦੇ ਨਾਲ ਆਦਾ ਸ਼ਮੀਰ ਸੈਂਡਵਿਚ ਖਾ ਲਾ ਪੁੱਤ ਦੰਦਰ ਆਇਓ ਮੈਂ ਵੇਖਣ ਡਿਆ ਗੁਰਸ਼ਰਨ ਕੀ ਵਲੌਗ ਸ਼ੂਟ ਕਰਨ ਡਿਆ ਭੈੜਾ ਜਿਹਾ ਕਰਨ ਡਿਆ ਹਾਏ ਬੇਬੀ ਵੇਖਿਆ ਇਹਨੂੰ ਆਉਂਦੇ ਦੱਗ ਚਾਹੀਦੇ ਨਿਆਣੇ ਮਾਂ ਮਾਰਤੇ ਬਾਹਰ ਵਾਲੇ ਚੁੱਪ ਕਰਕੇ ਬਹਿ ਗਏ ਚਾਹ ਮੁੜ ਕੇ ਚਲ ਗਿਆ ਪਤਾ ਫਿਰ ਲੱਗਦਾ ਮੈਂ ਕਦੋਂ ਮੇਰਾ ਜੀ ਮਨੇਰੇ ਵਾਲੀ ਫਲਾਈਟ ਮੇਰੇ ਭਰਾ ਦੀ ਉਹਦੇ ਮੈਂ ਜਾਵਾਂ ਛੱਡਣ ਮੇਰਾ ਵੀ ਰਮਾਨ ਹੀ ਰਹੇ ਗੁਰਸ਼ਰਨ ਜੀ ਲਾ ਲਿਆ ਜਾ ਕੇ ਦੋ ਚੀਜ਼ਾਂ ਬੰਦੇ ਨੂੰ ਸਿੱਧਾ ਕਰ ਦਿੰਦੀਆਂ ਜਾਂ ਵਿਆਹ ਤੇ ਜਾਂ ਬਾਹਰ ਕੋਈ ਨੀ ਕਰਦੇ ਭਰਾ ਮੈਂ ਸਿੱਧਾ ਬਰਬਾਦ ਹੋਣਾ ਚਾਹੁੰਦਾ ਨੀ ਜਾਣ ਡਿਆ ਆਹ ਜਿਹੜੇ ਕਈ ਲੋਕ ਕਹਿੰਦੇ ਹੁੰਦੇ ਨਾ ਇਹ ਜਾਂਦੀਆਂ ਨੀ ਮਿੰਟ ਸੋਣਾ ਹੁੰਦਾ ਸਾਰੀ ਦਿਹਾੜੀ ਸੋਣਾ ਹੁੰਦਾ ਕਿੱਦਾਂ ਸੌ ਸੌ ਥੱਕ ਜਾਈਦਾ ਆਪਣਾ ਸ਼ਾਦ ਸਵੇਰੇ ਕਰ ਲਿਆ ਸ਼ਾਮੀ ਕਰ ਲਿਆ ਤੇ ਵਿਹਲੇ ਹੋ ਜਾਂਦੇ ਬਹੁਤ ਔਖਾ ਬੱਸਾਂ ਸਫ਼ਰ ਕਰਨਾ ਹੁਣ ਸਵੇਰੇ ਸਵੇਰ ਵੀ 43-44 ਹੋ ਜਾਂਦਾ ਡਿਗਰੀ ਹੋ ਜਾਂਦਾ ਤੇ ਅਸੀਂ 6 ਵਜੇ ਉੱਥੇ ਉਦੋਂ ਟੈਂਪਰੇਚਰ ਹਾਂਜੀ ਫਿਰ ਕਿਸੇ ਦਿਨ ਵੀ ਆਉਂਗੀ
ਮੈਂ ਵੀ ਗੁਰਸ਼ਰਨ ਦੇ ਹੁਣ ਖਾ ਲਿਆ ਆਪਾਂ ਸੈਂਡਵਿਚ ਤੇ ਚੰਗਾ ਫਿਰ ਮਤੀ ਮਿਲਦੇ ਹਾਂ ਠੀਕ ਹੈ ਠੀਕ ਹੈ ਚੱਲਿਆ ਜੀ ਮੈਂ ਚੰਗਾ ਵੀਰ ਜੀ ਤੁਸੀਂ ਮੇਰੇ ਕੋਲ ਇਕੱਲੇ ਜੇ ਮੈਂ ਕਹਾਂ ਉਹ ਚੱਲੀਏ ਸ਼ਹਿਰ ਨੂੰ ਪਾਰਟੀ ਪੂਰਟੀ ਕਰਕੇ ਆਉਂਦੇ ਘਰ ਚ ਕੀ ਆ ਕੇ ਸਮੋਸੇ ਖਾਧੇ ਗੁਰਾ ਦਾ ਚੱਲ ਚੱਲੀ ਹੈ ਗੁਰਾ ਵੀਰ ਕਹਿੰਦਾ ਚੱਲ ਚੱਲੀ ਹੁਣ ਜਗ੍ਹਾ ਤੇ ਫੋਨ ਨਾ ਖੜਕੇ ਆਈ ਜੀ ਮੇਰੇ ਕਹਿੰਦੀ ਯਾਰ ਕਿ ਮੈਂ ਤੈਨੂੰ ਫੋਨ ਹੀ ਨਹੀਂ ਕਰ ਆਇਆ ਕਿ ਨਹੀਂ ਮੈਂ ਨਾ ਅਸੀਂ ਵੀ ਅੱਗੇ ਉਹ ਮੇਰੇ ਨਾਲ ਮੁੰਡੇ ਉਹਨਾਂ ਦੀ ਵੋਟੀ ਚੱਲ ਗਈ ਪੇਕੇ ਤੇ ਅਸੀਂ ਘੁੰਮ ਫਿਰ ਆਏ ਆਹ ਚੱਲੀਏ ਛੱਡੋ ਕਦੇ ਕੋਈ ਨਹੀਂ ਹੈਗਾ ਚੰਗਾ ਸਗੋਂ ਚਾਰ ਦਿਨ ਰੈਸਟ ਕੀਤੀ ਹਾਂ ਕ੍ਰਿਸ਼ਨ ਲੱਗ ਜੂ ਜੀ ਹੁਣ ਇਕੱਲੇ ਇਹਨੂੰ ਲੈ ਜਾਂਦੇ ਇਹਨੂੰ ਰੱਖ ਲਓ ਹੈਂ ਉਹਨੂੰ ਲੈ ਨਾ ਇਹਨੂੰ ਰੱਖ ਲਓ ਮਨਦੀਪ ਬਸ ਤੁਸੀਂ ਇਹ ਗੱਲ ਕਹੀ ਕਿ ਕਿੰਨੇ ਦਿਨ ਧੋ ਕੇ ਜਾਣਾ ਤੇ ਆਪ ਭੁੱਦੇ ਚਮ ਚਾਹੀਦੀ ਕਹਿਤੀ ਹੋ ਗਈ ਚਾਰ ਪੰਜ ਦਿਨ ਦਿਨ ਹੋ ਗਏ ਮੰਗਣ ਡੇ ਕਮਲ ਕੋ ਖਾ ਲੋ ਦੁੱਧ ਬਹੁਤ ਬਚਿਆ ਇਹ ਵੀ ਨੀ ਹੈਗਾ ਤੂੰ ਵੀ ਨੀ ਹੈਗੀ ਕੱਲੇ ਦੁੱਧ ਕਿੰਨਾ ਕੁ ਵਰਤਣਾ ਮੈਨੂੰ ਗੱਲ ਮਾਰਿਆ ਰੋਟੀ ਸੈਂਡਵਿਚ ਖਾਧੀ ਕਿੰਨਾ ਕੁਝ ਖਾਣਾ ਦੁੱਧ ਦੀ ਹੋਈ ਨੀ ਲਿਆ ਕੇ ਸਮੋਸੇ ਇੱਕ ਰਾਤ ਫਿਰ ਇੱਥੇ ਕੱਢਦੇ ਹੁਣ ਕਾਫੀ ਹਨੇਰਾ ਹੋ ਗਿਆ ਹੁਣ ਗੱਡੀ ਕਰ ਲਈ ਅੰਦਰ ਤੇ ਅਨੰਦ ਨੂੰ ਮੈਂ ਦੱਸ ਕੇ ਆਇਆ ਮੈਂ ਰਾਤ ਰਹਿਣਾ ਮੈਂ ਕੱਪੜੇ ਵੀ ਆਪਣੇ ਲੈ ਕੇ ਆਇਆ ਰਾਤ ਪਾਉਣ ਵਾਲੇ ਤੇ ਮਨਦੀਪ ਨੂੰ ਮੈਂ ਜਾਣ ਕੇ ਆਖਿਆ ਚੱਲੀਏ 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 ਆਂਦੀ ਚਲੋ ਉਹ ਤਿਆਰ ਉਹ ਵੀ ਵੈਸੇ ਤਿਆਰ ਹੀ ਜਾਣ ਨੂੰ ਫਿਰ ਮੈਂ ਨਹੀਂ ਨਹੀਂ ਮੈਂ ਦੱਸਣ ਲਿਆ ਅੱਜ ਦੀ ਰਾਤ ਇੱਥੇ ਕੱਢਦੇ ਆ ਤੇ ਕੱਲ੍ਹ ਜਾਵਾਂਗੇ ਪਿੰਡ ਹੁਣ ਲੋ ਜੀ ਲੈਣ ਦੇ ਆਪਾਂ ਹੱਥ ਜੀ ਫੜ ਲਈ ਮਿਲ ਰਾਤ ਬੰਦ ਕਰਕੇ ਤੇ ਹੋਰ ਮੈਂ ਮੰਮੀ ਵੇਖ ਕੇ ਚਲਾ ਗਈ ਅੰਦਰ ਲੈ ਕੇ ਆਪਣੇ ਕੱਪੜੇ ਨਾਲ ਹੀ ਆਏ ਵੀ ਰਾਤ ਰਹਿ ਪੂੰ ਕੀ ਵਾ ਕੁੜੀ ਨਾ ਦੇਣਗੇ ਤੇ ਰਾਤ ਹੀ ਰਹਿ ਪੂੰ ਕਰਕੇ ਐਵੇਂ ਮੈਂ ਉਦਾਂ ਮੈਂ ਚੱਲ ਕੀ ਕਰਨਾ ਸਿਰੇ ਛੁੱਟੀ ਆ ਜਾਣ ਕੇ ਦੇ ਤੂੰ ਤਾਂ ਕਹਿ ਤੇ ਹੋਰ ਮੈਂ ਭਲਾ ਰੱਖ ਦੇ ਕਿ ਨਹੀਂ ਹੈ ਮੈਂ ਲੈ ਕੇ ਆਇਆ ਆਪਣੇ ਕੱਪੜੇ ਘਰੋਂ ਹੀ ਮੈਂ ਹੁਣ ਰਾਤ ਪੈ ਗਈ ਹਨੇਰਾ ਹੋ ਗਿਆ ਤੂੰ ਵੀ ਗਰਮੀ ਨੀ ਮੁੱਕਣ ਡੇ ਹਨਾ ਬਸ
ਮੰਮੀ ਲੱਗੋ ਮੈਂ ਮਾੜੇ ਕੰਮ ਕਰਾ ਭਾਬੀ ਨਾ ਕਰਾਗੀ ਠੀਕ ਹੈ ਕੁੰਡੀ ਮਾਰਨੀ ਵੀਰ ਜੀ ਰਹਿਣਾ ਵੀ ਅਸੀਂ ਇਹ ਤੁਸੀਂ ਥੱਲੋਂ ਬੰਦ ਕਰੀ ਜਾਂਦੇ ਮਾਸੀ ਦਾ ਇਰਾਦਾ ਨੀ ਜਾਗਦਾ ਕੁੰਡੀਆਂ ਮਾਰ ਲੈਣ ਬਾਹਰ ਪ੍ਰਾਹੁਣਾ ਬਾਹਰ ਗਿਆ ਜਾਂ ਕੁੰਡੀ ਮਾਰ ਲੈਣੇ ਮੁੰਡਾ ਬਾਹਰ ਗਿਆ ਪ੍ਰਾਹੁਣਾ ਜਾਂ ਕੁੰਡੀ ਮਾਰ ਲੈਣੇ ਚੱਲ ਆਪੇ ਚਲਜੂ ਕਰਨੀ ਜਾਣਾ